ਤੁਹਾਡੇ ਟ੍ਰਾਂਸਪਲਾਂਟ ਕੀਤੇ ਅੰਗਾਂ ਦੀ ਦੇਖਭਾਲ ਲਈ ਸੁਝਾਅ। ਸਭ ਤੋਂ ਪਹਿਲਾਂ ਨਵੇਂ ਟ੍ਰਾਂਸਪਲਾਂਟ ਲਈ ਵਧਾਈਆਂ ਹੋਣ। ਅਸੀਂ ਜਾਣਦੇ ਹਾਂ ਕਿ ਇਹ ਤੁਹਾਡੇ ਲਈ ਬਹੁਤ ਦਬਾਅ ਵਾਲਾ ਸਮਾਂ ਹੈ ਅਤੇ ਤੁਹਾਡੇ ਮਨ ਵਿੱਚ ਕਈ ਸਵਾਲ ਹਨ। ਇਸੇ ਲਈ ਅਸੀਂ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਲਈ ਇਹ ਐਨੀਮੇਸ਼ਨ ਬਣਾਇਆ ਹੈ। ਪਰ ਕਿਰਪਾ ਕਰਕੇ ਬਿਨਾਂ ਝਿਜਕ ਸਾਨੂੰ ਆਪਣੇ ਸਵਾਲਾਂ ਜਾਂ ਫਿਕਰਾਂ ਬਾਰੇ ਦੱਸੋ। ਸੋ ਬਿਨਾਂ ਕਿਸੇ ਦੇਰੀ ਆਓ ਸ਼ੁਰੂ ਕਰੀਏ। ਮੇਰੇ ਲਈ ਇੰਨੀਆਂ ਦਵਾਈਆਂ ਕਿਉਂ ਹਨ? ਮੈਂ ਸਮਝਾਉਂਦੀ ਹਾਂ। ਤੁਹਾਡਾ ਇਮਿਊਨ ਸਿਸਟਮ ਬਿਮਾਰੀਆਂ ਅਤੇ ਬਾਹਰਲੇ ਪਦਾਰਥਾਂ ਨਾਲ ਲੜ ਕੇ ਤੁਹਾਡੀ ਸੁਰੱਖਿਆ ਕਰਦਾ ਹੈ। ਤੁਹਾਡਾ ਇਮਿਊਨ ਸਿਸਟਮ ਨਵੇਂ ਟ੍ਰਾਂਸਪਲਾਂਟ ਕੀਤੇ ਅੰਗ ਨੂੰ ਬਾਹਰਲਾ ਪਦਾਰਥ ਸਮਝ ਕੇ ਉਸ ਨਾਲ ਲੜੇਗਾ। ਇਮਿਊਨ ਸਿਸਟਮ ਦੀ ਇਸ ਪ੍ਰਕਿਰਿਆ ਨੂੰ ਦਬਾਉਣ ਅਤੇ ਨਵੇਂ ਅੰਗ ਨੂੰ ਅਸਵੀਕਾਰ ਨਾ ਕਰਨ ਲਈ ਐਂਟੀ ਰਿਜੈਕਸ਼ਨ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਐਂਟੀ ਰਿਜੈਕਸ਼ਨ ਦਵਾਈਆਂ ਦੀ ਤੁਹਾਨੂੰ ਹਮੇਸ਼ਾ ਲੋੜ ਹੋਵੇਗੀ। ਇਹ ਦਵਾਈਆਂ ਨਵੇਂ ਟ੍ਰਾਂਸਪਲਾਂਟ ਕੀਤੇ ਅੰਗ ਨੂੰ ਅਸਵੀਕਾਰ ਹੋਣ ਤੋਂ ਬਚਾਉਣਗੀਆਂ। ਇਹ ਤੁਹਾਡੇ ਟ੍ਰਾਂਸਪਲਾਂਟ ਕੀਤੇ ਅੰਗ ਦੀ ਜਿੱਥੋਂ ਤੱਕ ਸੰਭਵ ਹੋਵੇ ਸਿਹਤ ਬਰਕਰਾਰ ਰੱਖਣਗੀਆਂ। ਟ੍ਰਾਂਸਪਲਾਂਟ ਤੋਂ ਬਾਅਦ ਆਮ ਦਵਾਈਆਂ ਐਂਟੀ ਰਿਜੈਕਸ਼ਨ, ਐਂਟੀ ਵਾਇਰਸ, ਐਂਟੀਬਾਇਓਟਿਕ। ਵਿਸ਼ੇਸ਼ ਜ਼ਰੂਰਤ ਮੁਤਾਬਕ ਹਰ ਇੱਕ ਮਰੀਜ਼ ਲਈ ਦਵਾਈਆਂ ਦਾ ਮੇਲ ਕੀਤਾ ਜਾਂਦਾ ਹੈ। ਐਂਟੀ ਰਿਜੈਕਸ਼ਨ ਦਵਾਈਆਂ ਨਾਲ ਕਈ ਪਰਸਪਰ ਪ੍ਰਤੀਕਰਮ ਹੁੰਦੇ ਹਨ। ਨਵੀਂ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫਾਰਮਾਸਿਸਟ ਨੂੰ ਪੁੱਛੋ। ਕੀ ਮੈਂ ਦਵਾਈਆਂ ਸਮੇਂ ਸਿਰ ਹੀ ਲੈਣੀਆਂ ਹਨ? ਜੀ ਹਾਂ, ਐਂਟੀ ਰਿਜੈਕਸ਼ਨ ਦਵਾਈਆਂ ਜੇ ਸਮੇਂ ਸਿਰ ਅਤੇ ਨਿਯਮਤ ਲਈਆਂ ਜਾਣ ਤਾਂ ਬਹੁਤ ਚੰਗਾ ਅਸਰ ਕਰਦੀਆਂ ਹਨ। ਇਹ ਸੁਨਿਸ਼ਚਿਤ ਕਰੋ ਕਿ ਦਵਾਈਆਂ ਸਮੇਂ ਸਿਰ ਲਈਆਂ ਜਾਣ। ਦਵਾਈਆਂ ਸਮੇਂ ਸਿਰ ਲੈਣਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਐਂਟੀ ਰਿਜੈਕਸ਼ਨ ਦਵਾਈ ਦੀ ਉਚਿਤ ਮਾਤਰਾ ਸਰੀਰ ਵਿੱਚ ਹਰ ਸਮੇਂ ਰਹੇ। ਇਸ ਤਰ੍ਹਾਂ ਜੇ ਜ਼ਰੂਰਤ ਹੋਵੇ ਤਾਂ ਤੁਹਾਡੇ ਫਾਰਮਾਸਿਸਟ ਨੂੰ ਐਂਟੀ ਰਿਜੈਕਸ਼ਨ ਦਵਾਈ ਦੀ ਮਾਤਰਾ ਘੱਟ ਵੱਧ ਕਰਨ ਵਿੱਚ ਮਦਦ ਮਿਲਦੀ ਹੈ। ਸਮੇਂ ਸਿਰ ਦਵਾਈ ਲੈਣ ਨਾਲ ਤੁਹਾਡੀ ਮਦਦ ਕਰਨ ਲਈ ਸਾਨੂੰ ਮਦਦ ਮਿਲਦੀ ਹੈ। ਠੀਕ ਤਰੀਕੇ ਦਵਾਈ ਲੈਣ ਲਈ ਤੁਹਾਡੇ ਵਾਸਤੇ ਕੁਝ ਸੁਝਾਅ। ਆਪਣੇ ਫੋਨ ਨੂੰ ਅਲਾਰਮ ਲਗਾਓ, 9 ਵਜੇ ਸੁਬਹ, 9 ਵਜੇ ਰਾਤ। ਦਵਾਈ ਵਾਲੇ ਕੈਲੰਡਰ ਅਨੁਸਾਰ ਚੱਲੋ। ਦਵਾਈਆਂ ਲਈ ਬਲਿਸਟਰ ਪੈਕ ਜਾਂ ਆਰਗੇਨਾਈਜ਼ਰ ਦੀ ਵਰਤੋਂ ਕਰੋ। ਕੀ ਮੈਂ ਭੰਗ ਵਾਲੇ ਪਦਾਰਥ ਲੈ ਸਕਦਾ ਹਾਂ? ਸੰਭਾਵਿਤ ਤੌਰ 'ਤੇ, ਪਰ ਤਮਾਕੂਨੋਸ਼ੀ ਨਹੀਂ। ਭੰਗ ਦੀ ਤਮਾਕੂਨੋਸ਼ੀ ਨਾਲ ਟ੍ਰਾਂਸਪਲਾਂਟ ਦੇ ਮਰੀਜ਼ਾਂ ਦੇ ਫੇਫੜਿਆਂ ਵਿੱਚ ਉੱਲੀ ਦੀ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਭੰਗ ਅਤੇ ਟੈਕਰੋਲੀਮਸ ਵਿੱਚ ਪਰਸਪਰ ਪ੍ਰਤੀਕਰਮ ਹੁੰਦਾ ਹੈ। ਜੇ ਖਾਣ ਵਾਲੇ ਭੰਗ ਪਦਾਰਥ ਲੈ ਰਹੇ ਹੋ ਤਾਂ ਰੋਜ਼ ਇੱਕੋ ਜਿਹੀ ਮਾਤਰਾ ਲਵੋ ਅਤੇ ਸਾਨੂੰ ਦੱਸੋ ਤਾਂ ਕਿ ਅਸੀਂ ਟੈਕਰੋਲੀਮਸ ਦੀ ਖੁਰਾਕ ਉਸ ਅਨੁਸਾਰ ਨਿਸ਼ਚਿਤ ਕਰੀਏ। ਵੈਕਸੀਨਸ ਬਾਰੇ ਜਾਣਕਾਰੀ। ਤੁਹਾਨੂੰ ਹਰ ਸਾਲ ਆਪਣਾ ਫਲੂ ਸ਼ਾਟ ਲੈਣਾ ਚਾਹੀਦਾ ਹੈ, ਪਰ ਨੱਕ ਦੇ ਅੰਦਰੋਂ ਵਾਲਾ ਨਹੀਂ। ਸਾਰੇ ਵੈਕਸੀਨ ਆਮ ਤੌਰ 'ਤੇ ਠੀਕ ਹਨ, ਜੇਕਰ ਉਹ ਲਾਈਵ ਵੈਕਸੀਨ ਨਹੀਂ। ਇਹ ਸੁਨਿਸ਼ਚਿਤ ਕਰਨ ਲਈ ਕਿ ਲਾਈਵ ਵੈਕਸੀਨ ਹੈ ਕਿ ਨਹੀਂ, ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਪੁੱਛੋ। ਟ੍ਰਾਂਸਪਲਾਂਟ ਤੋਂ ਬਾਅਦ ਜੋ ਵੈਕਸੀਨ ਤੁਸੀਂ ਲੈ ਸਕਦੇ ਹੋ ਉਹਨਾਂ ਦੀਆਂ ਮਿਸਾਲਾਂ: ਸ਼ਿੰਗਲਸ ਵੈਕਸੀਨ, ਸ਼ਿੰਗਰਿਕਸ, ਨਿਮੋਨੀਆ, ਪ੍ਰੈਵਨਰ 13, ਨਿਮੋਨੀਆ, ਨਿਊਮੋਵੈਕਸ 23, ਹੈਪੇਟਾਈਟਿਸ ਬੀ ਵੈਕਸੀਨ। ਸ਼ਿੰਗਰਿਕਸ ਅਤੇ ਪ੍ਰੈਵਨਰ 13 ਖਰੀਦਣੇ ਪੈਣਗੇ ਅਤੇ ਨਿਊਮੋਵੈਕਸ 23 ਕਵਰ ਹੁੰਦਾ ਹੈ। ਟ੍ਰਾਂਸਪਲਾਂਟ ਤੋਂ ਬਾਅਦ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ। ਟ੍ਰਾਂਸਪਲਾਂਟ ਵਾਲੀਆਂ ਜਣੇਪੇ ਦੀ ਉਮਰ ਦੀਆਂ ਮਰੀਜ਼ ਔਰਤਾਂ ਨੂੰ ਕਿਸੇ ਕਿਸਮ ਦਾ ਗਰਭ ਨਿਰੋਧਕ ਵਰਤਣਾ ਚਾਹੀਦਾ ਹੈ।
ਜੇ ਤੁਸੀਂ ਗਰਭਵਤੀ ਹੋਣ ਬਾਰੇ ਸੋਚ ਰਹੇ ਹੋ ਤਾਂ ਆਪਣੀ ਟ੍ਰਾਂਸਪਲਾਂਟ ਟੀਮ ਨਾਲ ਵਿਚਾਰ ਕਰੋ ਤਾਂ ਕਿ ਗਰਭਵਤੀ ਹੋਣ ਤੋਂ ਪਹਿਲਾਂ ਤੁਹਾਡੀ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ। ਇਹ ਇਸ ਲਈ ਕਿ ਕੁਝ ਐਂਟੀ ਰਿਜੈਕਸ਼ਨ ਦਵਾਈਆਂ ਗਰਭ ਸਮੇਂ ਨਹੀਂ ਲੈਣੀਆਂ ਚਾਹੀਦੀਆਂ। ਮਰਦ ਮਰੀਜ਼ ਦਵਾਈ ਵਿੱਚ ਕਿਸੇ ਤਬਦੀਲੀ ਤੋਂ ਬਿਨਾਂ ਪਰਿਵਾਰ ਬਣਾ ਸਕਦੇ ਹਨ। ਪਾਲਣਾ ਕਰਨ ਲਈ ਚੰਗੇ ਅਭਿਆਸ। ਆਪਣੀਆਂ ਐਂਟੀ ਰਿਜੈਕਸ਼ਨ ਦਵਾਈਆਂ ਹਮੇਸ਼ਾ ਸਮੇਂ ਸਿਰ ਲਵੋ ਤਾਂ ਕਿ ਉਹਨਾਂ ਦਾ ਪੱਧਰ ਇਕਸਾਰ ਰਹੇ। ਆਪਣੀਆਂ ਦਵਾਈਆਂ ਨੂੰ ਠੰਡੀ ਸੁੱਕੀ ਥਾਂ ਤੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ। ਆਪਣੀ ਦਵਾਈ ਲੈਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਧੋਵੋ। ਤੁਹਾਡੀਆਂ ਦਵਾਈਆਂ ਦੇ ਸੰਪਰਕ ਵਿੱਚ ਆਉਣ ਵਾਲਾ ਵੀ ਆਪਣੇ ਹੱਥ ਧੋਵੇ। ਟ੍ਰਾਂਸਪਲਾਂਟ ਟੀਮ ਦੀ ਸਲਾਹ ਤੋਂ ਬਿਨਾਂ ਕੋਈ ਕਾਊਂਟਰ ਤੇ ਮਿਲਣ ਵਾਲੀ ਦਵਾਈ ਜਾਂ ਦੇਸੀ ਦਵਾਈ ਨਾ ਹੀ ਸ਼ੁਰੂ ਕਰੋ ਅਤੇ ਨਾ ਹੀ ਬੰਦ ਕਰੋ। ਹਰ ਸਮੇਂ ਐਂਟੀ ਰਿਜੈਕਸ਼ਨ ਦਵਾਈ ਦੀ 2 ਹਫ਼ਤਿਆਂ ਦੀ ਵਾਧੂ ਖੁਰਾਕ ਕੋਲ ਰੱਖੋ। ਬਿਹਤਰ ਸਹਿਣਸ਼ੀਲਤਾ ਲਈ ਆਪਣੀ ਦਵਾਈ ਹਮੇਸ਼ਾ ਖਾਣੇ ਦੇ ਨਾਲ ਲਵੋ। ਜੇ ਤੁਸੀਂ ਆਪਣੇ ਸਮੇਂ ਦੇ ਜ਼ੋਨ ਤੋਂ ਬਾਹਰ ਸਫ਼ਰ 'ਤੇ ਜਾ ਰਹੇ ਹੋ ਤਾਂ ਸਾਨੂੰ ਦੱਸੋ ਤਾਂ ਕਿ ਅਸੀਂ ਤੁਹਾਡੀਆਂ ਦਵਾਈਆਂ ਦਾ ਸਮਾਂ ਬਦਲ ਸਕੀਏ। ਤੁਹਾਡੇ ਹੋਰ ਕਿਸੇ ਵੀ ਸਵਾਲ ਦਾ ਜਵਾਬ ਦੇਣ ਵਿੱਚ ਸਾਨੂੰ ਖੁਸ਼ੀ ਹੋਵੇਗੀ। ਤੁਹਾਡੀ ਫਾਰਮੇਸੀ ਟ੍ਰਾਂਸਪਲਾਂਟ ਟੀਮ।